ਕਮਾਈ ਤੁਹਾਡਾ ਅੱਜ ਦੀ ਵੀਡੀਓ 'ਚ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਆਇਆ ਹੋਇਆ ਗੰਨਾ ਕਢਾਉਣ, ਲੱਗੀ ਹੋਈ ਆ ਲੇਬਰ ਪਿੱਛੇ। ਆ ਪੱਤੀ ਦੇਖੋ ਪਈ ਹੋਈ ਰਸਤੇ 'ਚ। ਪਹਿਲਾਂ ਤਾਂ ਰਸਤਾ ਇੱਦਾਂ ਹੀ ਬਣਾਇਆ ਹੋਇਆ ਸੀ। ਵੀਰ ਕਹਿੰਦਾ ਕਾਹਨੂੰ ਤੁਸੀਂ ਉਹ ਕਰਦੇ ਆ, ਵੀ ਰਸਤਾ ਹੈ ਗਿੱਲਾ, ਥੋੜ੍ਹੀ ਥੋੜ੍ਹੀ ਪੱਤੀ ਪਾ ਲਓ ਪੱਤੀ ਨਾਲ, ਫਿਰ ਮਿੱਟੀ ਅੱਗੇ ਨਹੀਂ ਤੁਰਦੀ ਹੈਗੀ, ਨਾ ਲਿਪ ਲੱਗਦਾ, ਹੈ ਨਾ ਵੀਰ? ਅਤੇ ਦੱਬਦੀ ਟਰਾਲੀ ਘੱਟ ਆ, ਅਸਲ 'ਚ ਬਈਆਂ ਨੇ ਟਰਾਲੇ ਥੋੜ੍ਹੀ ਜ਼ਿਆਦਾ ਹੀ ਭਰਤੀ। ਬਾਕੀ ਚਲੋ ਦੇਖਦੇ, ਹੁਣ ਤੁਹਾਨੂੰ ਦਿਖਾਉਣਾ ਪੱਤੀ। ਆ ਲਓ ਜੀ, ਪੱਤੀ ਤਾਂ ਪਾਉਣ ਲੱਗਿਆ ਸਨੀ, ਲੱਗਿਆ ਪਾਉਣ ਇੱਥੇ ਹੋਏ ਗਿੱਲੇ ਜ਼ਿਆਦਾ, ਸਨੀ ਤਾਂ ਵਿਛਾਉਣ ਲੱਗਿਆ ਹੋਇਆ। ਬਾਕੀ ਐਵੇਂ ਤਾਂ ਲੇਬਰ ਲਾਈ ਹੋਈ ਆ, ਲਿਆ ਰਹੀ ਹੈ ਭਾਨ ਸਾਰੀ ਉਹ ਪੱਤੀ। ਅਤੇ ਕਿੱਲੇ ਦੀ ਲਾਹ ਨੂੰ ਪੱਤੀ ਪਾ ਦਿੱਤੀ, ਪੱਤੀ ਪਾ ਕੇ ਸਿਰੇ ਤੱਕ ਤਾਂ ਟਰਾਲਾ ਫਿਰ ਉਹ ਚੜੂਗਾ, ਟਰੈਕਟਰ ਖੜ੍ਹਾ ਵੀਰ ਵਾਲਾ। ਹੁਣ ਇਹਨੂੰ ਪਾਵਾਂਗੇ ਪੱਤੀ ਪੂਰੀ, ਮੋਟੀ ਰੱਖਿਓ ਉਰੇ ਬਸ, ਮਾੜੇ ਉਰੇ ਜ਼ਿਆਦਾ ਕੰਮ ਖਰਾਬ ਆ। ਚੱਲ ਟਰੈਕਟਰ ਹਰਪੀਤ ਵੀ ਆਉਂਦਾ ਉੱਧਰ, ਸੀਤਾ ਵੀ ਆ ਰਿਹਾ ਜੀ ਬੁੱਢੇ ਭੋਰੀ ਆ। ਬਾਕੀ ਦੇਖਦੇ ਹਾਂ ਹੁਣ ਟਰਾਲੀ ਫਿਰ। ਲਓ ਜੀ, ਹਰਪੀਤ ਜੀ ਵੀ ਆ ਗਏ, ਲੱਗੇ ਹੋਏ ਆ। ਹੁਣ ਦੇਖਦੇ ਹਾਂ, ਕੱਢਦੇ ਹਾਂ, ਥੋੜ੍ਹੀ ਰਹਿ ਗਈ ਪੱਤੀ ਪਾਉਣੀ। ਹਾਂਜੀ ਵੀਰ ਜੀ, ਦੱਸੋ, ਦਿਉ ਜੀ ਕੋਈ ਰਾਏ। ਆਲੂ ਚੱਕ ਕੇ ਖੜ ਗਿਆ, ਕੱਚਾ ਆਲੂ ਹੈ ਜੀ। ਆਲੂ ਇਹ ਤਾਂ ਹਰਪੀਤ ਲਾਏ ਤਾਂ ਤਾਏ ਸੀ, ਪੁਰਤੇ ਨਹਾਉਂਦੇ ਪੁਖਰਾਜ ਦੇ ਸਾਈਡ ਲੱਗੇ ਹੋਏ ਆ, ਵੀ ਹਲੇ ਪੱਟ ਹੋ ਜਾਣਗੇ। ਇਹ ਤਾਂ ਮੀਂਹ ਨਹੀਂ ਦੱਬਲੇ ਹਲੇ, ਮੀਂਹ ਨਾਲ ਪਹਿਲਾਂ ਪਾਣੀ ਨੂੰ ਟੁੱਟ ਗਿਆ ਤਾ, ਇਹਨੂੰ ਪਾਣੀ ਨਹੀਂ ਦੱਬਲੇ ਇਹਨਾਂ ਨੂੰ, ਉਦੋਂ ਸਾਲੇ ਬਹੁਤ ਨਿਕਲ ਗਏ ਵਿੱਚ ਦੁਪਹਿਰ ਸਾਲੇ। ਚੱਲ ਦੇਖਦੇ ਹਾਂ ਹੁਣ, ਮੈਂ ਦੋ ਥੱਬੇ ਹੋਰ ਪੈ ਕੇ ਸਰ ਜਾਣਾ ਕੰਮ ਬਸ ਇੱਥੇ ਤੱਕ ਆ। ਲਓ ਜੀ, ਲੰਬੜਦਾਰ ਸੀਤਾ ਆ ਗਿਆ, ਮਾਮਾਰ ਲੱਗੇ ਆ ਹਰਪੀਤ ਟੋਜਨ ਪਾਉਣ, ਰਿੰਕੂ ਵੀਰ, ਹਰਪੀਤ ਆਪਣਾ ਡਾਇਰੈਕਟਰ, ਤਿੰਨ ਭਾਗੇ ਕੱਢਣਾ ਜੀ ਹੁਣ ਇਹ। ਮਾਮੇ ਆ ਜਾ ਉਰੇ ਨੂੰ, ਮਾਮਾ ਹੀ ਲੱਗਿਆ ਮੂਵੀ ਬਣਾਉਣ, ਮੈਂ ਚੱਲਿਆ ਫਿਰ ਡਾਇਰੈਕਟਰ ਬਹਿਣ ਅਤੇ ਦੇਖਦੇ ਹਾਂ। ਮਾਮੇ ਸਿਰੇ ਤੱਕ ਬਣਾਉਂਦੀ, ਬਾਅਦ 'ਚ ਇੱਧਰ ਨੂੰ ਜਾਂਦੀ ਹੈ। ਸਨੀ, ਓ ਸਨੀ, ਸਨੀ ਓ, ਭੱਜ ਕੇ ਜਾਈ ਆਹ ਲੈ ਕੇ, ਭੱਜ ਕੇ ਬਾ ਆਇਓ, ਆਇਓ ਲੈ ਜਾ, ਦਿਖਾ ਦੇ ਬਸ ਸਾਰੇ ਭੱਜ ਕੇ। ਲਓ ਜੀ, ਟਰਾਲੀ ਤਾਂ ਨਿਕਲ ਗਈ, ਮੂਲੀ ਮੰਗੋ ਹੀ, ਬੰਦਾ ਗੁੱਸੇ ਹੋ ਗਿਆ, ਕਹਿੰਦਾ ਮੈਨੂੰ ਇਹਨੂੰ ਠਾਲ ਲਿਆ ਤੁਸੀਂ। ਉਹ ਮੈਂ ਕਿਹਾ ਭਰਾਵਾ, ਜੇ ਚਾਰ ਪਾਇਆ ਤਾਂ ਆਰਾਮ ਨਾਲ ਆ ਗਈ, ਇੱਕ ਪੱਤੀ ਪਵਾਤੀ ਵੀਰ ਨੇ, ਫਿਰ ਵੀ ਸਿਆਣੇ ਬੰਦੇ ਦਾ ਫਰਕ ਹੈ ਕਿ ਨਹੀਂ। ਰਿੰਕੂ ਵੀਰ ਸਿਆਣੇ ਦੇ ਪਹਿਲਾਂ ਪੱਤੀ ਪਵਾਈ ਆ ਕੇ, ਕਹਿੰਦਾ ਪੱਤੀ ਬਾਹਰੋਂ ਨਹੀਂ ਉਰੀ। ਇਹਦੀ ਸਲਾਹ ਨਾਲ ਜਾਣਾ ਪੈਂਦਾ ਸੀ ਤਾਂ ਵੀਰ, ਮਾਮਾ ਆ ਗਿਆ ਪਿੱਛੇ, ਸਿਆਣਾ ਬੰਦਾ ਸਾਡਾ, ਬਜ਼ੁਰਗ ਬਜ਼ੁਰਗ ਸਾਹਿਬ ਜਾਣਗੇ ਮਿਲਣ ਹੁਣ ਇੱਥੇ ਤੇ ਹੀ। ਲਓ ਜੀ, ਆ ਲੀਹ ਦੇਖ ਲਓ, ਹਰਪੀਤ ਸਾਨੂੰ ਕਹਿੰਦਾ ਵੀ ਤੁਸੀਂ ਤਾਂ ਉਈਓ ਮੈਨੂੰ ਬੁਲਾ ਲਿਆ, ਵੀ ਦੱਸੋ ਭਾਈ ਆ ਐਵੇਂ ਇਹ ਸੌਖੀ ਨਿਕਲ ਜੂਗੀ, ਇੰਨਾ ਇੰਨਾ ਟਰਾਲਾ ਦੱਬਦਾ ਆ। ਆਹ ਦੇਖੋ, ਇੱਕ ਜਗ੍ਹਾ ਨਹੀਂ ਮਤਲਬ ਤਕਰੀਬਨ ਸਾਰੇ ਪਾਸੇ ਆਹੀ ਹਾਲ ਸੀਗਾ, ਸਿਰੇ ਤੋਂ ਲੈ ਕੇ ਸਿਰੇ ਤੱਕ। ਆਹ ਮਿੱਟੀ ਦੇਖ ਲਓ ਅਤੇ ਆਹ ਟਰਾਲਾ ਦੇਖ ਲਓ, ਇੰਨਾ ਇੰਨਾ ਟਰਾਲਾ ਦੱਬਦਾ ਆ। ਉਹਦਾ ਜਿਹੜੀ ਮਾੜੀ ਮੋਟੀ ਪੱਤੀ ਪਾਈ ਹੋਈ ਸੀ ਇਹਦੇ ਕਰਕੇ ਬਚਾਓ ਰਿਹਾ, ਦੋਹੇ ਸਾਈਡਾਂ ਉਹ ਦੇਖੋ ਬਾਹਰ ਨੂੰ ਕੱਢਤੇ ਮਿੱਟੀ ਬਾਹਰ। ਪੱਤੀ ਪਾਉਣ ਨਾਲ ਇੱਦਾਂ ਹੋ ਗਿਆ ਵੀ ਪੱਤੀ ਨੇ ਮਿੱਟੀ ਤੁਰਨ ਨਹੀਂ ਦਿੱਤੀ, ਅੱਗੇ ਦੱਬਦੀ ਆਈ ਗਈ, ਅਤੇ ਟਰੈਕਟਰ ਆਰਾਮ ਨਾਲ ਨਿਕਲ ਕੇ। ਚਲੋ ਹੁਣ ਲਈ ਪੱਕੀ ਹੋ ਗਈ, ਪਿੱਛੇ ਗੰਨਾ ਸਾਰਾ ਕੱਢਣੇ ਨੂੰ ਪਿਆ ਉਹ ਤੱਕ, ਬਸ ਦੇਖਦੇ ਹਾਂ ਹੁਣ ਕਰਦੇ ਹਾਂ ਤਿਆਰੀ ਜੀ। ਲਓ ਜੀ, ਇਹਦਾ ਜੱਟਾਂ ਨੇ ਫਿਰ ਉਰੀ ਧੂਣਾ ਕੱਢਤਾ, ਕਹਿੰਦੇ ਵੀਰੇ ਸੇਕੀ ਜਾਣਾ, ਠੰਡ ਬਹੁਤ ਆ। ਮੈਂ ਚਲੋ ਆਪਾਂ ਨੇ ਕਿਹੜੇ ਘਰ
ਕੋਈ ਕੰਮ ਕਰਨਾ ਵੀਰ ਜੀ ਆ ਗਏ ਵੀਰ ਕਹਿੰਦਾ ਹੁਣ ਜਾਣਾ ਗੰਨਾ ਲੈ ਕੇ ਮਾਮਾ ਕਹਿੰਦਾ ਹੁਣ ਤੇ ਕੋਈ ਫਾਇਦਾ ਨੀ ਵੀ ਹੁਣ ਟਰਾਲੀਆਂ ਪਾ ਪੈਣ ਹਾਂ ਦੱਸ ਲਾ ਹੁਣ ਮਾਮੇ ਤੇਰੇ ਕੈਪਟਨ ਵਾਂਗੂ ਹੁਕਮ ਮੰਨ ਲੇ ਆ ਇਹ ਗੱਲ ਕਰ ਲਾ ਆਪਣੀ ਬਾਈ ਹਾਂ ਖਾਲੀ ਵਾਲੀ ਗੱਲ ਕਰ ਲਾ ਫੇਰ ਮਾਮਾ ਫੋਨ ਚੱਲ ਆਂਡੇ ਕਿੰਨੇ ਮਰਜੀ ਮਾਮੇ ਟਰਾਲੀ ਖਾਲੀ ਕਰਾਣੀ ਲਾਈਵ ਸੀ ਤੇ ਤੂੰ ਵੀ ਦੇਖ ਲਾ ਜੇ ਟਰਾਲੀ ਖਾਲੀ ਕਰਾਉਣੀ ਹੋਈ ਤਾਂ ਬੰਦਾ ਆਪਾਂ ਨੇ ਪੱਕਾ ਕਰ ਲਿਆ ਠੀਕ ਨੀ ਗੱਲ ਦਾਰੂ ਮਾਮਾ ਪੀਂਦਾ ਨੀ ਹੁਣ ਬਣਾ ਲੈਣਾ ਮੁਰਗੀਆਂ ਦਾ ਉੱਥੇ ਸੀਤਾ ਕਹਿੰਦਾ ਗੁੱਡਾ ਹੀ ਬਣਾਉਣਾ ਮਾਮੇ ਦੇਖ ਲਾ ਆਓ ਦੇਖ ਲਾ ਜੀ ਹਰਪ੍ਰੀਤ ਦੇ ਆਲੂ ਮੁਰਗੇ ਪਏ ਆ ਵਿੱਚ ਆਲੂ ਵੀ ਸਾਡਾ ਪਾਣੀ ਕੱਢਣ ਲੱਗ ਗਿਆ ਦੇਖ ਲਾ ਬਈ ਇਹ ਕਹਿੰਦਾ ਆਲੂ ਭੁੰਨ ਕੇ ਖਾਣੇ ਆ ਆਲੂ ਭੁੰਨਣ ਲੱਗੇ ਹੋਏ ਆ ਚਲੋ ਠੀਕ ਹੈ ਜੀ ਆਲੂ ਖਾਣ ਕਰਕੇ ਨਾ ਇਹਨੇ ਟਰਾਲੀਆਂ ਨਹੀਂ ਲੈ ਗਏ ਹੈਗੇ ਦੇਖ ਲਓ ਬੁੜੀ ਦੇ ਪੁੱਤ ਆਂਡਿਆਂ ਪਰ ਗੱਲ ਆ ਗਈ ਤੇ ਆਲੂਆਂ ਪਰ ਆ ਗਏ ਜੰਗਲ 'ਚ ਮੰਗਲ ਲਾ ਹਾਂ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੰਨੀ ਕੇ ਆ ਮੈਂ ਫਿਰ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਦੁਬਾਰਾ ਓਕੇ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਾਮੇ ਨੂੰ ਔਰ ਵੀਰ ਨੂੰ ਕੱਲ ਨੂੰ ਭੇਜਾਂਗੇ ਫਿਰ ਦਿਖਾਵਾਂਗੇ ਠੀਕ ਹੈ ਜੀ।